ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਖੜੇ ਹਾਂ ਦੋਸਤੋ ਪਿੰਡ ਸੂਦਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਸੂਦਾਂ ਪਿੰਡ ਦੋਸਤੋ ਬਿਲਕੁਲ ਮਖੂ ਸ਼ਹਿਰ ਦੇ ਨਜ਼ਦੀਕ, ਰਸੂਲਪੁਰ ਪਿੰਡ ਬਿਲਕੁਲ ਲਾਗੇ ਆ। ਅੰਮੀ ਵਾਲਾ ਪਿੰਡ, ਨੰਗਲ, ਭੂਤੀ ਵਾਲਾ, ਇਹ ਪਿੰਡ ਥੋੜ੍ਹੀ ਥੋੜ੍ਹੀ ਦੂਰੀ 'ਤੇ ਆ, ਬਿਲਕੁਲ ਨਾਲ ਲੱਗਦੇ ਪਿੰਡ ਆ ਪਿੰਡ ਸੂਦਾਂ ਦੇ। ਵੀਰ ਮੋਹਰ ਸਿੰਘ ਦੇ ਕੋਲ ਆਇਆ ਦੋਸਤੋ, ਪਹਿਲਾਂ ਵੀ ਆਪਾਂ ਇਸ ਘਰੋਂ ਵੀਡੀਓ ਪਾਈਆਂ ਨੇ, ਕੋਈ 3 ਤੋਂ 4 ਵਹਿੜਾਂ ਵੀ ਤੁਹਾਨੂੰ ਦਿਖਾਈਆਂ ਸੀਗੀਆਂ। ਤੇ ਸੇਲ ਪਰਚੇਜ ਦਾ ਬੇਸ਼ੱਕ ਵੀਰ ਕੰਮ ਕਰਦਾ, ਕਦੇ ਕਦੇ ਕੋਈ ਚੰਗਾ ਪਸ਼ੂ ਨਿਕਲਦਾ ਤੇ ਲਿਆ ਕੇ ਸੇਲ ਕਰ ਦਿੰਦਾ। ਪਰ ਜਿਹੜੀ ਇੱਕ ਦੋਸਤੋ ਅੱਜ ਇਹ ਮੱਝ ਆਪਾਂ ਤੁਹਾਨੂੰ ਦਿਖਾਉਣੀ ਆ, ਇਹ ਘਰ ਦੀ ਮੱਝ ਆ, ਘਰੇਲੂ ਮੱਝ ਆ। ਪਿਛਲੇ ਸੂਬੇ ਇਹਦੀ ਚੁਵਾਈ ਜਿਹੜੀ ਆ ਘਰੇ ਕੀਤੀ ਆ ਵੀਰ ਨੇ, ਉਹਦੇ ਬਿਹਾਫ ਤੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਜੇ। ਪਿਛਲੇ ਸੂਬੇ ਦਾ ਮਿਲਕ ਰਿਕਾਰਡ, ਕਿੰਨਾ ਦੁੱਧ ਚੁਵਾਇਆ ਇਸ ਮੱਝ ਨੇ, ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਜੇਕਰ ਕਿਸੇ ਮੇਰੇ ਵੀਰ ਨੇ ਆਉਣਾ ਦੋਸਤੋ ਮਾਝੇ ਏਰੀਏ ਤੋਂ ਆਉਣਾ, ਤੇ ਮਖੂ ਤੋਂ ਜਿਹੜੀ ਸੜਕ ਲੋਹੀਆਂ ਸੁਲਤਾਨਪੁਰ ਨੂੰ ਜਾਂਦੀ ਆ, ਤੇ ਮਖੂ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਹੋਊਗੀ। ਇਸੇ ਸੜਕ ਤੋਂ ਦੋਸਤੋ ਇੱਕ ਸੜਕ ਜਿਹੜੀ ਨਿਕਲਦੀ ਆ ਪਿੰਡ ਸੂਦਾਂ ਆ ਜਾਂਦੀ ਆ, ਤੇ ਜਿਹੜਾ ਕੋਈ ਵੀਰ ਮੋਗੇ ਵਾਲੀ ਸਾਈਡ ਤੋਂ ਆ ਰਿਹਾ, ਕੋਟ ਈਸੇ ਖਾਂ ਰੋਡ, ਕੋਟ ਈਸੇ ਖਾਂ ਤੋਂ ਮਖੂ ਬਿਲਕੁਲ ਸਾਈਡ 'ਤੇ ਆ ਰਿਹਾ, ਤੇ ਰਸੂਲਪੁਰ ਫਾੜਕ ਟੱਪਣ ਤੋਂ ਪਹਿਲਾਂ ਕਿ ਜਿਹੜੀ ਦੋਸਤੋ ਸੜਕ ਉਹ ਪਿੰਡ ਸੂਦਾਂ ਤੁਹਾਨੂੰ ਲੈ ਆਊਗੀ। ਠੀਕ ਆ ਜੀ, ਤੇ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ, ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੇ। ਅੱਜ ਤਰੀਕ ਤੁਸੀਂ ਨੋਟ ਕਰ ਲਓ, ਵੀਡੀਓ ਬਣਾ ਰਹੇ ਹਾਂ ਦੋਸਤੋ 2 ਜੁਲਾਈ ਆ, ਤੇ ਸਮਾਂ ਕੋਈ ਮਾਰਨਿੰਗ ਦੇ 8 ਵਜੇ ਦਾ। ਇਹ ਮੱਝ ਦੋਸਤੋ ਗੱਭਣ ਤੁਹਾਨੂੰ ਦਿਖਾਉਣੀ ਆ, ਤਿਆਰੀ ਵਾਲੀ ਆ, ਵੈਸੇ ਦਿਨ ਹਜੇ ਲੈਂਦੀ ਆ, ਉਹ ਆਪਾਂ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਵੀਰ ਮੋਹਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਆਓ ਕਰਦੇ ਹਾਂ ਗੱਲਬਾਤ ਵਧੇਰੇ, ਆ ਜਾਓ ਵੀਰ। ਸਭ ਤੋਂ ਪਹਿਲਾਂ ਵੀਰ ਮੋਹਰ ਸਤਿ ਸ੍ਰੀ ਅਕਾਲ ਭਰਾ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ। ਹੋਰ ਵੀਰ ਜੀ ਠੀਕ ਠਾਕ ਜੀ? ਹਾਂਜੀ ਵਧੀਆ ਜੀ ਵਧੀਆ। ਠੀਕ ਆ, ਲੈ ਵੀਰ ਮੋਹਰ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਨੇ, ਬੇਸ਼ੱਕ ਸੇਲ ਪਰਚੇਜ ਦਾ ਵਿੱਚ ਵਿੱਚ ਕਿਤੇ ਨਾ ਕਿਤੇ ਕੰਮ ਚੱਲਦਾ ਰਹਿੰਦਾ, ਕੋਈ ਚੰਗਾ ਪਸ਼ੂ ਨਿਕਲਦਾ ਤੇ ਉਹਨੂੰ ਖਰੀਦ ਲੈਂਦੇ ਜੇ, ਤੇ ਬਾਅਦ 'ਚ ਸੇਲ ਕਰ ਦਿੰਦੇ ਜੀ। ਬਟ ਜਿਹੜੀ ਅੱਜ ਆਪਾਂ ਇੱਕ ਮੱਝ ਦਿਖਾਉਣੀ ਆਪਣੇ ਭੈਣ ਭਰਾਵਾਂ ਸਰੋਤਿਆਂ ਨੂੰ, ਇਹ ਘਰ ਦੀ ਆਪਣੇ ਮੱਝ ਹੀ ਆ, ਕੋਈ ਸੂਏ ਪਿਛਲੇ ਦੁੱਧ ਪੀਤਾ ਇਹਨਾਂ ਦਾ? ਹਾਂਜੀ ਹਾਂਜੀ, ਆਪ ਪਿਛਲੇ ਸੂਏ ਚੋਇਆ ਖੁਦ, ਤੇ 16 ਲੀਟਰ ਮੱਖੋ ਦਾ ਦੇਥੀ ਚੋਇਆ ਇਹਨਾਂ ਦਾ। 16 ਲੀਟਰ? ਹਾਂਜੀ। ਵੀ ਇੱਕ ਤਾਂ ਹੁੰਦਾ ਵੀ ਵਪਾਰੀਆਂ ਕੋ ਕਹਿਣ ਵਾਲੀ ਗੱਲ ਆ, ਨਾ ਨਾ ਵਪਾਰੀਆਂ ਵਾਲਾ ਕੰਮ ਨਾ, ਜੇ ਆਪਾਂ ਝੂਠ ਮਾਰ ਕੇ ਡੰਗਰ ਵੇਚਿਆ ਤੇ ਨਾ ਐਤਕੀ ਵੇਚਣਾ, ਇਹ ਖੁਦ ਮੇਰੇ ਘਰ ਦੀ ਆ। ਤੁਸੀਂ ਵੇਖਦੇ ਹੋ ਵੀਡੀਓ ਦੇ ਵਿੱਚ ਆਪਣੇ ਇੱਥੇ ਨਾਲ ਹੁੰਦੀ ਸੀ, ਆਪਾਂ ਵਹਿੜਾਂ ਦੇ ਨਾਲ ਨੂੰ ਅਕਸਰ ਵੇਖਿਆ, ਹਾਂਜੀ ਖੜੀ ਹੁੰਦੀ ਸੀਗੀ। ਚਲੋ ਉਦੋਂ ਤਾਂ ਚਲੋ ਤਿਆਰੀ ਨਹੀਂ ਸੀਗੀ, ਫਿਲਹਾਲ ਹੁਣ ਦਿਨਾਂ ਤੇ ਆ ਗਈ ਆ ਤਿਆਰੀ ਆ। ਤੇ ਵੈਸੇ ਅੱਛਾ ਵੀਰ ਮੋਹਰ, ਇੱਕ ਤਾਂ ਇਹਦੀ ਪੂਰੀ ਡਿਟੇਲ ਇਹ ਦੇ ਦਈਏ, ਸੂਆ ਕਿੰਨਾ ਹੁੰਦੀ ਆ? ਇਹ ਤੀਜਾ ਸੂਆ ਸੂਏਗੀ ਐਤਕੀ, ਤੀਜਾ ਸੂਆ। ਤੇ ਅੱਜ ਸਮਾਂ ਕਿੰਨਾ ਕੁ ਬਾਕੀ ਹੈ? ਬਸ 4 ਤਰੀਕ ਨੂੰ ਦਿਨ ਪੂਰੇ ਹੋ ਜਾਣੇ, ਅੱਜ 2 ਦਿਨ ਰਹਿ ਗਏ ਜੀ ਸਰ। ਠੀਕ ਆ ਜੀ, ਤਾਂ ਦੋਸਤੋ 4 ਜੁਲਾਈ ਨੂੰ ਦਿਨ ਪੂਰੇ ਆ, 2 ਕੁ ਦਿਨ ਹਜੇ ਲੈਫਟ ਨੇ। ਠੀਕ ਆ, ਤੇ ਜਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਮੋਹਰ ਆਪਾਂ ਪੂਰੀ ਮੱਝ ਵੀ ਦਿਖਾਵਾਂਗੇ, ਵੀ ਜਿਹੜੇ ਹਿਸਾਬ ਨਾਲ ਪਲੀ ਪਲੀਤੀ ਆ ਸਮਝੀ ਆ, ਕੋਈ ਹੋ ਸਕਦਾ ਵੀ 2-4 ਦਿਨ ਉੱਪਰ ਵੀ ਲੈ ਜਾਏ, 5-6-7-5 ਦਿਨਾਂ ਦਾ ਗੇੜ ਲੱਗ ਜਾਏ, ਕੋਈ ਪਾ ਸਕਦੀ ਫਰਕ ਆ। ਹਾਂ, ਵੈਸੇ ਆਸ ਆ ਵੀ ਹਫਤੇ ਦੇ ਅੰਦਰ ਅੰਦਰ ਸੂਪ ਹੋ ਗਈ। ਹਾਂਜੀ ਹਾਂਜੀ, ਠੀਕ ਆ ਜੀ। ਤੇ ਲਓ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਮੱਝ ਪ੍ਰੋਪਰ ਖੜੀ ਖਲੋਤੀ ਦਿਖਾ ਦਿੰਦੇ ਆ, ਤੋਰ ਕੇ ਚਲਾ ਕੇ ਵੀ ਤਸੱਲੀ ਦੇ ਨਾਲ ਦਿਖਾਵਾਂਗੇ। ਤੋ ਮੱਝ ਦੋਸਤੋ ਆ, ਤੁਸੀਂ ਵੇਖ ਕੇ ਚੈੱਕ ਕਰੋ ਵੀ ਪੂਰੇ ਵੱਡੇ ਪੱਲੇ ਦੀ ਆ ਦੋਸਤੋ। ਇੱਕ ਮੇਰੇ ਭਰਾ ਕਿਸੇ ਨੇ ਦੂਰੋਂ ਨੇੜੇ ਇੱਥੇ ਆਉਣਾ, ਚੌੜੀ ਉੱਪਰੋਂ ਆ ਵੀ ਜਿਵੇਂ ਆਪਣੇ ਸਿਆਣੇ ਕਹਿੰਦੇ ਆ ਵੀ ਮੰਜਾ ਡਹਿੰਦਾ। ਠੀਕ ਆ ਜੀ, ਸੋ ਮੰਜਾ ਡਹਿਣ ਵਾਲੀ ਗੱਲਬਾਤ ਆ ਵੀ ਸੇਵਾ ਜਿਹੜੀ ਵੀਰ ਦੀ ਝਲਕਾਂ ਮਾਰ ਕੇ ਦਿਖਾਈ ਦੇ ਰਹੀ ਆ, ਬਹੁਤ ਖੂਬਸੂਰਤ ਕੁਆਲਿਟੀ ਆ ਪੂਰੇ ਚੌੜੇ ਪਿੱਠ ਪੁੜੇ ਦੇ ਵਿੱਚ। ਸੋ 16 ਲੀਟਰ ਦੀ ਵੀਰ ਦੱਸ ਰਿਹਾ ਵੀ 16 ਲੀਟਰ ਦੀ ਜਿਹੜੀ ਆ ਮਿਲਕ ਕਪੈਸਿਟੀ ਆ, ਪਿਛਲੇ ਸੂਬੇ ਆਪਾਂ ਚੋਇਆ 2 ਦਿਨ ਦੇ ਥੱਲੇ ਹੋ। ਠੀਕ ਆ ਜੀ, ਸੋ ਫੇਸ ਕੁਆਲਿਟੀ ਤੁਸੀਂ ਵੇਖ ਸਕਦੇ ਜੇ। ਸੋ ਹੈਵੀ ਬਾਡੀ ਵੇਟ ਆ, ਪੂਰੀ ਵਜਨ ਵੱਟੇ ਵਾਲੀ ਆ ਦੋਸਤੋ, ਫੁੱਲ ਵਜਨ ਵੱਟੇ ਵਾਲੀ ਆਪਾਂ ਜਿਹਨੂੰ ਕਹਿ ਲਈਏ ਉਹ ਗੱਲਬਾਤ ਆ। ਖੋਲ ਕੇ ਆਪਾਂ ਤਸੱਲੀ ਦੇ ਨਾਲ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਆ। ਠੀਕ ਆ ਜੀ, ਦਿਨ ਹਜੇ 2 ਕੁ ਪਏ ਆ ਦੋਸਤੋ, ਦਿਨ ਪੂਰੇ ਹੋਣ ਦੇ ਵਿੱਚ। ਤੇ ਜੇਕਰ ਉੱਪਰ ਵੀ ਲੈ ਜੇ ਦਿਨ,
ਤੇ ਹੋਰ ਆਪਾਂ ਆਸ ਕਰਦੇ ਹਾਂ ਵੀ ਹੋਰ ਬਣੂਗੀ ਥੱਲਿਓਂ, ਠੀਕ ਆ। ਆਹ ਤੁਸੀਂ ਵੇਖ ਕੇ ਚੈੱਕ ਕਰੋ, ਸੋ ਚੰਗੇ ਸੋਹਣੇ ਭਾਰੇ ਡੀਨ ਡੋਲ, ਚੰਗੀ ਭਾਰੀ ਸਰੀਰਕ ਬਣਤਰ ਦੇ ਵਿੱਚ ਦੋਸਤੋ ਇਹ ਮੱਝ। ਸੋ ਤੀਜਾ ਸੂਆ ਵੀਰ ਦੱਸ ਰਿਹਾ 16 ਲੀਟਰ ਦੀ ਮਿਲਕ ਕਪੈਸਿਟੀ ਵਾਲੀ। ਆ ਲਓ ਜੀ ਆਰਡਰ ਦੋਸਤੋ, ਵੇਖ ਸਕਦੇ ਤੁਸੀਂ ਵੀ ਜਿਹੜੇ ਹਿਸਾਬ ਨਾਲ ਮੱਝ ਉੱਪਰੋਂ ਆ। ਆਰਡਰ ਵੀ ਕਰਮ ਵਾਲੀ ਨੇ ਜਿੰਨਾ ਅੱਗੇ ਉਹਨਾਂ ਪਿੱਛੇ ਬਣਾ ਕੇ ਵੈਸੇ ਤਿਆਰ ਕੀਤਾ, ਤੇ ਹਜੇ ਬਾਹਰ ਲੈ ਜੀ। ਹਾਂ ਕੋਈ ਨੀ, ਕੱਢ ਲਈਏ ਮਾੜਾ, ਬਾਹਰ ਲੰਬਾ ਤੋਰ ਦਈਏ, ਕੋਈ ਗੱਲ ਨੀ। ਲੈ ਲਓ ਜੀ, ਠੀਕ ਆ। ਆ ਮੋੜ ਕੇ ਇੱਕ ਵਾਰੀ ਲਿਓ, ਮੋੜ ਕੇ ਲਿਓ। ਲਓ ਦੋਸਤੋ, ਠੀਕ ਆ। ਸੋ ਹੈਵੀ ਬਾਡੀ ਵੇਟ ਆ ਦੋਸਤੋ, ਸੋ ਫੁੱਲ ਵਜਨ ਲੋੜ, ਸੋ ਫੁੱਲ ਭਾਰੀ ਜਿਹੜੀ ਦੋਸਤੋ ਮੱਝ 16 ਲੀਟਰ ਮਿਲਕ ਕਪੈਸਿਟੀ ਵਾਲੀ, ਠੀਕ ਆ। ਵੀ ਦੁੱਧ ਕਹਿੰਦਾ ਕੁਛ ਨੀਗਾ, ਕਿਉਂਕਿ ਪਿਛਲੇ ਸੂਬੇ ਦੇ ਬਿਹਾਵ ਤੇ ਤੁਸੀਂ ਸੌਦਾ ਕਰ ਸਕਦੇ ਜੇ। ਪਿਛਲੇ ਸੂਬੇ ਜਿਹੜਾ ਦੁੱਧ ਚਵਾਇਆ ਇਹਨੇ 16 ਲੀਟਰ, ਠੀਕ ਆ ਜੀ। ਆਹ ਦੇਖੋ, ਅੱਛਾ ਮੋਰ ਵੀਰ, ਬਾਕੀ ਮਿਲਦੀ ਮੁਲਦੀ ਵੀ ਲੰਮਾ ਟਾਈਮ ਹੀ ਸੀ। ਹਾਂਜੀ ਹਾਂਜੀ, ਵਧੀਆ 7 ਮਹੀਨੇ ਪੂਰੀ ਚੋਈ ਹੈ, ਐਂਡ ਤੇ ਛੱਡੀ ਜਾ ਕੇ 7ਵੇਂ 8ਵੇਂ ਮਹੀਨੇ ਚ, ਠੀਕ ਹੈ ਜੀ। ਹਾਂਜੀ ਲਓ ਦੋਸਤੋ, 8-7 ਮਹੀਨੇ ਵੀਰਾਂ ਦਾ ਵੀ ਆਪਾਂ ਐਂਡ ਤੇ ਛੱਡੀ ਆ, ਤੇ ਮਿਲਦੀ ਲੰਬਾ ਟਾਈਮ ਆ, ਠੀਕ ਹੈ ਜੀ। ਸੋ ਜਿਵੇਂ ਇੱਕ ਆਪਾਂ ਬੂਰੀ ਦੇਖਦੇ ਹਾਂ ਦੋਸਤੋ ਤਿਲਾਂ ਵਾਲੀ, ਤੇ ਇਹਦੇ ਵਿੱਚ ਵੀ ਕਰਮ ਵਾਲੀ ਦੇ ਵਿੱਚ ਤੁਸੀਂ ਵੇਖੋਗੇ ਬਾਡੀ ਦੇ ਉੱਪਰ, ਚਮੜੀ ਦੇ ਉੱਪਰ ਤਿਲ ਤੁਲ ਬਹੁਤ ਆ, ਠੀਕ ਆ ਜੀ। ਸੋ ਚੰਗੇ ਗੁਣਾਂ ਦੀ ਮਾਲਕ ਵੀ ਕਹਿ ਸਕਦੇ ਆਪਾਂ, ਦੁੱਧ ਚੰਗਾ ਚਵਾ ਦੂਗੀ, ਤੇ ਚੋਣ ਚਣਾ ਪੋਲੀ ਰਹਿੰਦੀ ਬਿਲਕੁਲ ਬਿਲਕੁਲ ਜੀ, ਠੀਕ ਹੈ ਜੀ। ਲੈ ਵੀਰ ਮੋਰ, ਥੋੜਾ 2 ਕਦਮ ਤੋਰਿਆ ਜੀ ਅੱਗੇ। ਆ ਲਓ ਜੀ, ਇੱਥੇ ਰੋਕਿਆ ਜਾ ਜੀ, ਲਓ ਵੀ ਭਰਾਵੋ, ਠੀਕ ਆ ਜੀ। ਅੱਛਾ ਮੋਰ, ਇੱਕ ਵੀਰੇ ਦੀ ਡਿਮਾਂਡ ਕੀ ਕਰਦੇ ਪਏ, ਕੀ ਮੁੱਲ ਰੱਖਿਆ? ਕਹਿੰਦਾ ਜੀ ਆਪਾਂ 1.40 ਰੱਖਿਆ ਹੋਵੇ ਤਾਂ, ਤੇ ਪਰ ਆਪਾਂ 25 ਦੇ ਵਿੱਚ, 1.25 ਦੇ ਵਿੱਚ ਛੋਟ ਕਰ ਦਾਂਗੇ, 1.25 ਚੋਂ ਮਾਨਤਨ ਕਰ ਦਾਂਗੇ, ਮਾਨਤਨ ਛੋਟ ਕਰ, ਠੀਕ ਹੈ ਜੀ। ਲਓ ਦੋਸਤੋ, 1,00,000 ਮੁੱਲ ਜਿੰਨਾ 35-45 ਕੁਛ ਵੀ ਕਰਵਾਈ ਚੱਲੋ ਵੀਰਾਂ ਦਾ ਵੀ, 1,25,000 ਦੇ ਵਿੱਚੋਂ ਆਪਾਂ ਛੋਟ ਛੱਪਾ ਕਰ ਦਾਂਗੇ, ਮਾਨਤਨ ਕਰਾਂਗੇ ਕਿਸੇ ਵੀਰ ਦੇ ਘਰ ਆਏ ਦਾ। ਸੋ ਮੱਝ ਤੁਸੀਂ ਦੇਖ ਲਈਏ ਦੋਸਤੋ, ਬਹੁਤ ਪਲੀ ਪਲੀਤੀ ਮੱਝ ਆ, ਚੰਗੀ ਜੰਮੀ ਪਲੀ ਮੱਝ ਆ। ਸੋ ਚੰਗੀ ਸੇਵਾ ਬਿਲਕੁਲ ਝਲਕਾ ਮਾਰ ਕੇ ਦਿਖਾਈ ਦੇ ਰਹੀ ਆ ਸਾਰੇ ਵੀਰਾਂ ਨੇ, ਤੁਸੀਂ ਦੇਖ ਲਿਆ, ਠੀਕ ਆ ਜੀ। ਸੋ ਮੱਝ ਬਹੁਤ ਖੂਬਸੂਰਤ ਆ, 1.25 ਲੱਖ ਦੇ ਵਿੱਚੋਂ ਮਾਨਤਨ ਹੋ ਜਾਊਗਾ, ਸੋ ਚੰਗੀ ਆ, ਠੀਕ ਆ ਜੀ। ਸੋ ਚੰਗੇ ਮਿਲਕ ਦੀ ਆਪਾਂ ਇਸ ਵਾਰ ਵੀ ਆਸ ਕਰ ਸਕਦੇ ਹਾਂ ਪਿਛਲੇ ਸੂਬੇ ਨੂੰ ਵੇਖਦੇ ਹੋਏ। ਤੇ ਇਹ ਤਾਂ ਹੋ ਗਿਆ ਵੀਰ ਮੋਰ ਮੁੱਲ, ਇੱਕ ਨੰਬਰ ਆਪਣੇ ਭੈਣ ਭਰਾਵਾਂ ਸਰੋਤਿਆਂ ਨਾਲ ਕਰ ਦਈਏ ਸਾਂਝੇ ਜੀ, 95-309 ਜੀ, ਹਾਂਜੀ, 37-238, ਠੀਕ ਹੈ ਜੀ, 94-658-081-90, ਠੀਕ ਹੈ ਜੀ। ਲਓ ਦੋਸਤੋ, ਇਹ ਸਨ ਮੇਰੇ ਨਾਲ ਵੀਰ ਮੋਹਰ ਸਿੰਘ, ਤੇ ਪਿੰਡ ਸੂਦਾਂ ਤੁਸੀਂ ਵਿਜਿਟ ਕਰਨੀ ਆ, ਨੇੜੇ ਮਖੂ ਰਸੂਲਪੁਰ ਪਿੰਡ ਬਿਲਕੁਲ ਨਜ਼ਦੀਕ ਆ। ਸੋ ਬਾਕੀ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆ ਦੋਸਤੋ, ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਜੇ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।